ਚਲੋ ਜੀ। ਸੋ ਕਿਸਾਨ ਵੀਰੋ ਜਿਹੜੀ ਆ ਤੁਸੀਂ ਵੀਡੀਓ ਆ ਜਿਹੜੀ ਬੜੀ ਚੱਲ ਰਹੀ ਆ ਫੇਸਬੁੱਕ ਪੇਜ ਤੇ ਮੇਰੇ ਵਾਲੇ ਕੁਲਦੀਪ ਸਿੰਘ ਮਧੇਕੇ ਤੇ ਉਹਨਾਂ ਦੇ ਖੇਤ ਅੱਜ ਅਸੀਂ ਆਏ ਆ ਜਿਹੜੋ ਕਿ ਕੁਦਰਤੀ ਕਰੋਪੀ ਹੋਈ ਆ ਕਣਕਾਂ ਦੇ ਵਿੱਚ ਤੇ ਉਹ ਬਹੁਤ ਸਾਰੀਆਂ ਕਣਕਾਂ ਡਿੱਗੀਆਂ, ਬੜਾ ਹੀ ਨੁਕਸਾਨ ਹੋਇਆ ਪੰਜਾਬ ਦੇ ਵਿੱਚ ਕਿਸਾਨਾਂ ਦਾ ਤੇ ਬਹੁਤ ਹੀ ਅਫਸੋਸ ਆ, ਬਹੁਤ ਹੀ ਦੁੱਖਦਾਈ ਆ। ਇਹ ਕੁਦਰਤੀ ਕਹਿਰ ਆ ਜਿਹੜੀ ਕਿਸਾਨਾਂ ਨੂੰ ਜਿਹੜੇ ਹੈਗੇ ਉਹ ਬਹੁਤ ਸਾਰੀਆਂ ਜਿਹੜੀਆਂ ਸਾਰੀਆਂ ਕਣਕਾਂ ਉਹਨਾਂ ਦਾ ਜਿਹੜਾ ਹੈਗਾ ਬਿਲਕੁਲ ਹੀ ਬਹੁਤ ਥਾਵੀਂ ਗਲਿਆਂ ਦੇ ਨਾਲ ਬਾਰਿਸ਼ ਦੇ ਨਾਲ ਜਿਹੜੀਆਂ ਉਹ ਕਣਕਾਂ ਖਰਾਬ ਹੋ ਚੁੱਕੀਆਂ। ਇਸ ਤਰ੍ਹਾਂ ਆ ਜਿਹੜੇ ਆਪਾਂ ਕਣਕ ਲਾਈ ਸੀਗੀ ਕਿਹੜੀ ਬ੍ਰੈਡ ਸੀ ਵੀਰ ਜੀ? ਇਹ 826 ਵਰਾਇਟੀ ਆ ਇਹ ਜੂਨੀ ਬ੍ਰੈਡ ਦੇ ਵਿੱਚੋਂ ਤੇ ਉਹ ਬੀਜਾ ਹੀ ਤੁਸੀਂ ਦੇਖਿਆ ਵੀਡੀਓ 4 ਕਿਲੋ ਬੀਜ ਦੇ ਨਾਲ ਇਹਨਾਂ ਨੇ 2 ਕਿੱਲੇ ਜਿਹੜੇ ਹੈਗੇ ਆ ਉਹ ਬੀਜ ਮਿਲਿਆ ਸੀਗਾ ਤੇ ਇਹਨਾਂ ਨੇ ਲਾਏ ਆ 32,000 ਦਾਣੇ ਦੇ ਨਾਲ। ਇੰਨੀਆਂ ਕਿੰਨੀਆਂ ਸਾਰੀਆਂ ਸਾਖਾਂ, ਕਈ ਵੀਰ ਕਮੈਂਟ ਕਰਦੇ ਆ ਥੱਲੇ ਵੀਡੀਓ ਦੇ ਕਿ ਜਿਹੜੀ ਹੈਗੀ ਆ ਕਿਸੇ ਵੱਟ ਤੋਂ ਲੈ ਲਈ ਜਾਂ ਇੱਕ ਅੱਧਾ ਲੈ ਲਿਆ, ਬਾਕੀ ਦਾਲ 2-4 ਹੋਣਗੇ ਜੇ ਤੁਸੀਂ ਨੇੜੇ ਵੀਡੀਓ ਦੇਖੋਗੇ ਸਾਰੀਆਂ। ਸਾਰੇ ਦਿਖਾਇਓ ਜੀ, ਆਹ ਦੇਖੋ ਜੀ ਸਾਰੀਆਂ ਜਿਹੜੀਆਂ ਹੈਗੀਆਂ ਸਾਖਾਂ ਨੇ ਇਹ ਬੂਟੇ ਦੇਖੋਗੇ ਤੇ ਸਾਰਿਆਂ ਦੇ ਇੰਨੇ ਇੰਨੇ ਨੇ। ਕਿੰਨੇ ਤੋਂ ਲੈ ਕੇ ਜੀ? 30 ਤੋਂ ਲੈ ਕੇ 50 ਜੀ, 30 ਤੋਂ ਲੈ ਕੇ 50 ਦੇ ਵਿੱਚ ਵਿੱਚ ਤੁਸੀਂ ਆ ਕੇ ਗਿਣ ਸਕਦੇ ਹੋ ਸਾਖਾਂ ਜਿਹੜੀਆਂ ਇਹਦੀਆਂ ਹੋਈਆਂ ਵੀ ਆ। ਆ ਵੀ ਇਹਦੇ ਵਜਨ ਨਾਲ ਥੋੜਾ ਵਜਨ ਜ਼ਿਆਦਾ ਹੋ ਗਿਆ ਉੱਤੇ ਚਿੱਟਿਆਂ ਦਾ, ਥੋੜਾ ਜਿਹਾ ਤਾਂ ਟੇਢਾ ਹੋ ਗਈ ਇਹ ਥੋੜੀ ਜੀ, ਬਿਲਕੁਲ ਇਹ ਕਣਕਾਂ ਜਿਹੜੀ ਟੇਢੀ ਹੋਈ ਆ, ਨਹੀਂ ਇਹ ਸਾਰੀ ਕਣਕਾਂ ਜਿਹੜੀ ਉਹ ਖੜੀ ਆ ਤੇ ਇਹਦੇ ਨਾਲ ਹੀ ਇਹਨਾਂ ਦੀ ਕਣਕਾਂ ਜਿਹੜੀ ਦੂਜੀ ਬੀਜੀ ਹੋਈ ਆ ਇੱਥੇ। ਹਾਂਜੀ ਜਗਰਾਜ ਸਿੰਘ ਜੀ, ਇੱਧਰ ਤਾਂ ਜਿਹੜੀ ਕਣਕ ਆ ਉਹ ਵੀ ਬੀਜੀ ਹੋਈ ਆ ਆਪਾਂ ਦੇਖ ਸਕਦੇ ਹਾਂ। ਉਹ ਦੇਖੋ ਤੁਸੀਂ ਕਿਵੇਂ ਆ ਜਿਹੜੀ ਸਾਰੀ ਕਣਕ ਆ ਬਣੀ ਪਈ ਜੀ। ਉਹ ਇਹ ਕਣਕ ਆਪਣੀ ਆ ਜਿਹੜੀ ਇਹ ਫਗਵਾੜਾ ਤਕਨੀਕ ਦੇ ਨਾਲ ਲਾਈ ਹੋਈ ਆ ਬਿੱਡਾਂ ਤੇ, ਇਹ ਡਿੱਗੀ ਨਹੀਂ ਤੇ ਉਹੀ ਕਣਕ ਆ ਇੱਧਰਲੇ ਪਾਸੇ ਜਿਹੜੀ ਹੈਗੀ ਆ। ਆਹ ਦੇਖੋ ਤੁਸੀਂ ਸਾਰੀ ਇਹ ਕਣਕ ਆ ਜਿਹੜੀ ਇਹ ਕਾਫੀ ਆ ਜਿਹੜੀ ਉਹ ਵਿਛ ਗਈ ਆ ਤੇ ਇਹਦੇ ਵਿੱਚ ਜਿਹੜਾ ਹੈਗਾ ਜਿਵੇਂ ਡਾਕਟਰ ਤਾਰ ਸਿੰਘ ਜੀ ਕਹਿੰਦੇ ਹੁੰਦੇ ਆ ਕਿ ਪੰਜਾਂ ਤੱਤਾਂ ਦੀ ਮੈਨੇਜਮੈਂਟ ਆ, ਆਕਾਸ਼ ਆ ਜਿਹੜਾ ਉਹ ਵੱਧ ਮਿਲਿਆ ਗਾ, ਬੈਰਲੀ ਸੀ ਕਣਕ 9-9 ਇੰਚ ਤੇ ਇੱਕ ਬੂਟਾ ਸੀਗਾ ਤੇ ਉਸ ਨਾਲ ਜੜਾਂ ਮਜ਼ਬੂਤ ਹੋ ਗਈਆਂ ਜਾਂ ਹੋਰ। ਇਹ ਜਿਹੜੀ ਖੇਤੀ ਆ ਇਹਦੇ ਵਿੱਚ ਤੁਸੀਂ ਇੱਕ ਹੋਰ ਵੀ ਆ ਕਿ ਜਿਹੜੀ ਇਹ ਫਗਵਾੜਾ ਗੁੱਡ ਗਰੋ ਕ੍ਰੋਪ ਸਿਸਟਮ ਦੇ ਨਾਲ ਜਿਹੜੀ ਫਸਲ ਆਪਾਂ ਬੀਜ ਰਹੇ ਹਾਂ ਇਹਦੇ ਨਾਲ ਕੁਦਰਤੀ ਆਫਤਾਂ ਨੂੰ ਝੱਲਣ ਦੇ ਸਮਰੱਥ ਆ ਇਹ ਮਾਡਲ, ਇਸ ਕਰਕੇ ਸਾਨੂੰ ਲੱਗ ਰਿਹਾ ਕਿ ਇਹ ਕਾਫੀ ਠੀਕ ਰਿਹਾ ਹੈਗਾ। ਤੇ ਇਹਦਾ ਬੀਜ ਆ ਤੁਸੀਂ ਬੀਜ ਬਣਾਓਗੇ ਜੀ ਕਣਕ ਦਾ? ਇਹ ਜਾਨੀ ਬਹੁਤ ਥੋੜ੍ਹਾ ਨਵੀਂ ਵਰਾਇਟੀ ਆ ਇਹ? ਹਾਂ ਨਵੀਂ ਵਰਾਇਟੀ, ਨਵੀਂ ਵਰਾਇਟੀ ਇਹ ਬੀਜ ਕਿਸਾਨਾਂ ਨੂੰ ਤੁਸੀਂ ਦਿਓਗੇ? ਤੇ ਇੱਕ ਤੁਸੀਂ ਦੱਸਿਆ ਸੀ ਰੇਟ ਵੀ ਅਸੀਂ ਜੀ ਬਾਜੂ ਵੀ ਰੱਖਾਂਗੇ ਜੀ। ਹਾਂ ਸੋ ਇਹ ਕਿਸਾਨ ਤੇ ਨੰਬਰ ਬੋਲਦੇ ਜੀ ਤੁਹਾਡਾ? 94-46 ਹਾਂਜੀ 83-98। ਸੋ ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰਕੇ ਸਾਰੀ ਗੱਲਬਾਤ ਵੀ ਪੁੱਛ ਸਕਦੇ ਆ ਜੀ ਇਹਨਾਂ ਤੋਂ ਤੇ ਉਹ ਬੀਜ ਆ ਜਿਹੜਾ ਉਹ ਵੀ ਤੁਸੀਂ ਇਹਨਾਂ ਕੋਲੇ ਬਾਅਦ ਦੇ ਵਿੱਚ ਆਪਾਂ ਸਾਰੇ ਜਿਹੜੀ ਵਧੀਆ ਕਣਕ ਆ ਆਪਾਂ ਗ੍ਰੇਡਿੰਗ ਕਰਕੇ ਦੇਵਾਂਗੇ ਜੀ। ਵਧੀਆ ਠੀਕ ਹੈ ਜੀ, ਗ੍ਰੇਡਿੰਗ ਕਰਕੇ ਦੇਵਾਂਗੇ। ਠੀਕ ਹੈ ਜੀ, ਧੰਨਵਾਦ ਜੀ। ਹਾਂਜੀ।